ਸਰ ਅਸੀਂ ਨਾ ਮਤਲਬ ਕਿ ਗੇਮ ਲਾ ਰਹੇ ਤੇ ਵਾਲੀਬਾਲ ਦੀ, ਸਾਨੂੰ ਆ ਕੇ ਦੱਸਿਆ ਗਿਆ ਉੱਥੇ ਵੀ ਚੌਂਕੀਦਾਰ ਵੱਲੋਂ ਦੱਸਿਆ ਗਿਆ ਸਾਨੂੰ ਆ ਕੇ ਉੱਥੇ ਐਕਸੀਡੈਂਟ ਹੋ ਗਿਆ, ਵੀ ਰੋਡੇ ਮੁੰਡੇ ਜਾਣ ਕਰਦੇ ਅਸੀਂ ਦੇਖਣ ਆਏ ਉਰੇ ਤਾਂ ਐਕਸੀਡੈਂਟ ਹੋਇਆ ਤਾਂ ਜ਼ਖਮੀ ਹਾਲਤ 'ਚ ਮੁੰਡੇ ਬੈਠੇ ਤੇ ਅਤੇ ਅਸੀਂ ਜਦੋਂ ਆਏ ਅਸੀਂ ਦੇਖਿਆ ਪੁਲਿਸ ਵਾਲੇ ਮੌਜੂਦ ਤੇ ਇੱਥੇ ਟਾਈਮ 'ਤੇ ਮੌਕੇ 'ਤੇ, ਉਹਨਾਂ ਨੂੰ ਉਹ ਬਾਈਕ 'ਤੇ ਤੇ ਮੁੰਡੇ ਅਤੇ ਇਹ ਨਹੀਂ ਪਤਾ ਬੱਸ ਦੀ ਟਰੱਕ ਦੀ ਗੱਡੀ ਦੀ ਇਹ ਨਹੀਂ ਪਤਾ ਸਾਨੂੰ ਕਾਹਦੇ ਪਰ ਪਿੱਛੇ ਵੱਜੇ ਮੁੰਡੇ ਉਹ ਅਤੇ ਉਹਨਾਂ ਨੂੰ ਨਾਲ ਦੀ ਨਾਲ ਉਹਨੂੰ ਹਸਪਿਟਲ ਲੈ ਕੇ ਸ਼ਿਫਟ ਕੀਤਾ ਗਿਆ। ਹਾਲਤ ਕਿੱਦਾਂ? ਹਾਲਤ ਬਹੁਤ ਮਾੜੀ ਸੀ ਉਹਨਾਂ ਦੀ ਮੁੰਡਿਆਂ ਦੀ। ਕਿਹੜੇ ਹਸਪਿਟਲ ਵਿੱਚ? ਹੋਸਪਿਟਲ ਸਰਕਾਰੀ ਵਿੱਚ ਫਤਿਹਗੜ੍ਹ ਸਾਹਿਬ ਸ਼ਾਇਦ ਭੇਜਿਆ ਉੱਥੇ ਬੰਦਿਆਂ ਨੇ ਅਤੇ ਉਸ ਤੋਂ ਬਾਅਦ ਦੇਖਦੇ ਅੱਗੋਂ ਕੀ ਕਾਰਵਾਈ ਹੁੰਦੀ ਹੈ, ਪੁਲਿਸ ਪ੍ਰਸ਼ਾਸਨ ਨਾਲ ਜਾ ਰਹੀ ਆ ਦੇਖਣ ਵਾਸਤੇ ਮਦਦ ਵਾਸਤੇ। ਅਤੇ ਕੀ ਅਪੀਲ ਕਰਦੇ ਹੋ ਤੁਸੀਂ? ਅਸੀਂ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਇਲਾਜ ਹੋਵੇ ਬਹੁਤ ਛੇਤੀ ਤੋਂ ਛੇਤੀ, ਆਲੇ ਦੁਆਲੇ ਸੀ ਸੀ ਟੀ ਲੱਗੇ ਆ ਕੈਮਰੇ ਦੁਕਾਨਾਂ ਦੇ ਉਰੇ ਅੱਗੇ ਵੀ ਪਿੱਛੇ ਵੀ, ਉਹਨਾਂ 'ਚ ਦੇਖਭਾਲ ਕਰੂਗੀ ਦੇਖੂਗੇ ਉਹ 'ਚ ਪਤਾ ਲੱਗ ਜੂਗਾ ਵੀ ਕਿਆ ਚੀਜ਼ ਕਿਆ ਸੀਨ ਹੋਇਆ ਜੀ। ਠੀਕ ਹੈ ਜੀ। ਹਾਂਜੀ ਸਰ, ਜਿਹੜਾ ਬੱਸੀ ਪਠਾਣਾ ਐਕਸੀਡੈਂਟ ਹੋਇਆ ਕੀ ਜਾਣਕਾਰੀ ਹੈ ਜੀ? ਇਹ ਰੋਡ 'ਤੇ ਆ ਰਹੇ ਸੀ, ਪਿੱਛੋਂ ਕਿਤੇ ਅਚਾਨਕ ਚੱਕ ਕੇ ਬੰਦੇ ਟਾਇਰ ਸਲਿੱਪ ਹੋਇਆ ਇਹਨਾਂ ਦਾ। ਹਾਂਜੀ। ਅਤੇ ਅਚਾਨਕ ਗਿਰ ਗਏ ਅਤੇ ਇਹਨਾਂ ਨੂੰ 108 'ਤੇ ਫੋਨ ਕਰਕੇ, ਸਾਡੇ CPO ਨਾਲ ਮੁੰਡੇ ਸੀ, ਇਹਨਾਂ ਨੇ ਮੁੰਡਿਆਂ ਦੇ ਨਾਲ ਹੈਲਪ ਕਰਕੇ ਸਾਡੇ ਉਹਨਾਂ 108 ਵਾਲਿਆਂ ਨੂੰ ਫੋਨ ਕਰਕੇ ਉੱਥੇ ਆਪਣੇ ਸਰਕਾਰੀ ਹੋਸਪਿਟਲ ਫਤਿਹਗੜ੍ਹ ਸਾਹਿਬ ਭੇਜਿਆ ਗਿਆ। ਨਹੀਂ, ਫਤਿਹਗੜ੍ਹ ਸਾਹਿਬ ਭੇਜੇ ਜੀ, ਉੱਥੇ ਹੀ ਸਿੱਧਾ ਹੀ ਫਤਿਹਗੜ੍ਹ ਸਾਹਿਬ ਤੋਂ ਹੀ ਮੰਗਾਈ ਸੀ 108। ਐਕਸੀਡੈਂਟ ਦੇ ਕਾਰਨਾਂ ਦਾ ਪਤਾ ਲੱਗਿਆ ਜੀ? ਨਹੀਂ ਜੀ, ਉਹਦੇ ਕੋਈ ਬਾਰੇ ਹਜੇ ਕੋਈ ਪਤਾ ਨਹੀਂ ਹੈਗਾ ਵੀ ਕਿਵੇਂ ਹੋਇਆ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਅਤੇ ਕੋਈ ਡਰਿੰਕ ਵਗੈਰਾ ਕੀਤੀ ਸੀ? ਨਹੀਂ ਜੀ, ਉਹ ਹੁਣ ਅਜੇ ਕੋਈ ਪਤਾ ਨਹੀਂ, ਹਜੇ ਉੱਥੇ ਜਾ ਕੇ ਦੇਖਦੇ ਹਾਂ ਕੀ ਜਾਣਕਾਰੀ ਉਹਨਾਂ ਮਿਲੂਗੀ ਜੀ।